ਲੋਕ ਦੁਆਵਾਂ ਕਰਦੇ ਹਨ ਕਿ ਮੇਰੇ ਕੋਲ ਇੰਨਾ ਪੈਸਾ ਹੋਵੇ, ਇੰਨੀ ਸ਼ੌਹਰਤ ਹੋਵੇ। ਲੋਕ ਦੁਆਵਾਂ ਕਰਦੇ ਹਨ ਕਿ ਮੇਰੀ ਉਮਰ ਲੰਮੀ ਹੋਵੇ, ਮੇਰੇ ਆਪਣਿਆਂ ਦੀ ਉਮਰ ਲੰਮੀ ਹੋਵੇ। ਲੇਕਿਨ ਅੱਜ ਇੱਕ ਕਹਾਣੀ ਸੁਣਾ ਕੇ ਇਸ ਗੱਲ ਉੱਤੇ ਮੈਂ ਵਿਚਾਰ ਕਰਦਾ ਹਾਂ। ਅੱਗੇ ਤੁਸੀਂ ਸੋਚਣਾ ਕਿ ਲੰਮੀ ਉਮਰ ਦੀ ਦੁਆ ਕਰਦੇ ਹੋ, ਸ਼ੋਹਰਤ ਮਿਲਣ ਦੀ ਦੁਆ ਕਰਦੇ ਹੋ, ਜਾਂ ਫਿਰ ਪੈਸਾ ਹੀ ਪੈਸਾ ਹੋਵੇ ਇਸ ਦੀ ਦੁਆ ਕਰਦੇ ਹੋ, ਜਾਂ ਫਿਰ ਕਾਮਨਾ ਕਰਦੇ ਹੋ ਚੰਗੀ ਸਿਹਤ ਦੀ, ਜਾਂ ਫਿਰ ਇਹ ਕਹਿੰਦੇ ਹੋ ਕਿ ਜਦ ਤੱਕ ਵੀ ਮੈਂ ਜਿਉਂਦਾ ਰਹਾਂ ਸਿਹਤਮੰਦ ਰਹਾਂ। ਇਹ ਗੱਲ ਸੁਣਨ ਤੋਂ ਬਾਅਦ ਸ਼ਾਇਦ ਤੁਸੀਂ ਇੱਕੋ ਦੁਆ ਕਰੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਸਿਰਫ ਇੱਕ ਚੀਜ਼ ਮਿਲਦੀ ਰਹੇ, ਚੰਗੀ ਸਿਹਤ, ਤੇ ਸਿਰਫ ਚੰਗੀ ਸਿਹਤ। ਇੱਕ ਵਾਰ ਸਿਕੰਦਰ ਨੂੰ ਪਤਾ ਚੱਲਿਆ ਕਿ ਇੱਕ ਜਗ੍ਹਾ ਇਸ ਤਰ੍ਹਾਂ ਦਾ ਪਾਣੀ ਮਿਲਦਾ ਹੈ ਜਿਸ ਨੂੰ ਪੀਣ ਦੇ ਨਾਲ ਕਦੇ ਵੀ ਮੌਤ ਨਹੀਂ ਆਉਂਦੀ। ਸਿਕੰਦਰ ਉੱਡਿਆ ਗਿਆ ਉਸ ਧਰਤੀ ਤੇ ਲੱਭ ਹੀ ਲਿਆ ਉਸ ਪਾਣੀ ਨੂੰ। ਜਦੋਂ ਸਿਕੰਦਰ ਉਸ ਪਾਣੀ ਨੂੰ ਪੀਣ ਲੱਗਿਆ ਤਾਂ ਇੱਕ ਬਜ਼ੁਰਗ ਉਥੋਂ ਗੁਫਾ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ। ਕਹਿੰਦਾ, ਸਿਕੰਦਰ, ਹੇ ਸਿਕੰਦਰ, ਇਸ ਪਾਣੀ ਨੂੰ ਨਾ ਪੀ। ਮੈਂ ਆਲਰੇਡੀ ਇਹ ਗਲਤੀ ਕਰ ਚੁੱਕਿਆ ਹਾਂ ਇਹ ਪਾਣੀ ਪੀ ਕੇ, ਕਿਉਂਕਿ ਮੈਂ ਵੀ ਮੰਗਦਾ ਸੀ ਕਿ ਮੇਰੀ ਮੌਤ ਕਦੇ ਨਾ ਹੋਵੇ, ਪਰ ਪਾਣੀ ਪੀਣ ਤੋਂ ਬਾਅਦ ਜਦੋਂ ਹੁਣ ਮੈਨੂੰ ਮੌਤ ਨਹੀਂ ਆਉਂਦੀ, ਮੈਂ ਬੁੱਢਾ ਹੋ ਚੁੱਕਿਆ ਹਾਂ, ਮੇਰੇ ਅੰਗ ਪੈਰ ਚੱਲਣੇ ਬੰਦ ਹੋ ਚੁੱਕੇ ਹਨ, ਮੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਮੇਰਾ ਸਰੀਰ ਕਮਜ਼ੋਰ ਹੋ ਗਿਆ ਹੈ, ਤੇ ਮੈਂ ਹਰ ਪਲ ਦੁਆ ਕਰਦਾ ਹਾਂ ਕਿ ਹੇ ਪਰਮਾਤਮਾ ਮੈਨੂੰ ਮੌਤ ਬਖਸ਼ ਦੇ, ਮੈਨੂੰ ਮੌਤ ਬਖਸ਼ ਦੇ, ਮੈਨੂੰ ਮੌਤ ਬਖਸ਼ ਦੇ। ਪਰ ਇਹ ਟੁੱਟ ਪੈਣੀ, ਮੌਤ ਹੁਣ ਨਹੀਂ ਆਉਂਦੀ, ਇਹ ਗਲਤੀ ਮੇਰੀ ਹੈ ਸਿਕੰਦਰਾ, ਤੂੰ ਇਹ ਗਲਤੀ ਕਦੇ ਵੀ ਨਾ ਕਰੀ, ਤੂੰ ਇਹ ਗਲਤੀ ਕਦੇ ਵੀ ਨਾ ਕਰੀ। ਸਿਕੰਦਰ ਨੂੰ ਇਹ ਗੱਲ ਇੱਕ ਮਿੰਟ ਦੇ ਵਿੱਚ ਸਮਝ ਆ ਗਈ ਕਿ ਜਿਉਂਦੇ ਰਹਿਣਾ ਹੀ ਸਭ ਕੁਛ ਨਹੀਂ ਹੁੰਦਾ, ਸਿਹਤਮੰਦ ਰਹਿਣਾ ਹੀ ਸਭ ਕੁਝ ਹੁੰਦਾ ਹੈ। ਤਾਂ ਹੀ ਕਹਿੰਦੇ ਹਨ ਕਿ ਹਰ ਚੀਜ਼, ਦੁਨੀਆ ਦੀ ਹਰ ਇੱਕ ਸ਼ੈ ਚੰਗੀ ਸਿਹਤ ਤੋਂ ਬਾਅਦ ਆਉਂਦੀ ਹੈ। ਬੇਸ਼ੱਕ ਸਾਡੇ ਕੋਲ ਕਰੋੜਾਂ ਰੁਪਏ, ਅਰਬਾਂ ਰੁਪਏ ਹੋਣ, ਦੁਨੀਆ ਦੀ ਹਰ ਇੱਕ ਸ਼ੋਹਰਤ ਹੋਵੇ, ਐਸ਼ੋ ਆਰਾਮ ਦੀਆਂ ਚੀਜ਼ਾਂ ਹੋਣ, ਲੇਕਿਨ ਜੇਕਰ ਸਾਡਾ ਸਰੀਰ ਉਹਨਾਂ ਦਾ ਆਨੰਦ ਨਹੀਂ ਮਾਣ ਸਕਦਾ, ਉਹਨਾਂ ਚੀਜ਼ਾਂ ਦਾ, ਉਹਨਾਂ ਸ਼ੈਆਂ ਦਾ ਆਨੰਦ ਨਹੀਂ ਮਾਣ ਸਕਦਾ, ਤਾਂ ਲਾਨਤ ਹੈ ਅਹੀਆਂ ਜੀਆਂ ਚੀਜ਼ਾਂ ਨੂੰ, ਅਹੀਆਂ ਜੀਆਂ ਸ਼ੈਆਂ ਨੂੰ। ਸੋ ਸਿਕੰਦਰ ਦੇ ਗੱਲ ਇੱਕ ਮਿੰਟ ਵਿੱਚ ਸਮਝ ਆ ਗਈ ਤੇ ਉਹ ਜਗ੍ਹਾ ਛੱਡ ਕੇ ਉੱਥੋਂ ਸਦਾ ਲਈ ਰੁਖਸਤ ਹੋ ਗਿਆ ਤੇ ਸੋਚਣ ਲੱਗਿਆ ਕਿ ਰੱਬਾ, ਮੈਨੂੰ ਬਖਸ਼ੀ ਸਿਰਫ ਚੰਗੀ ਮੌਤ, ਤਾਂ ਜੋ ਮੈਂ ਚੰਗੇ ਸਰੀਰ ਦੇ ਨਾਲ ਇਸ ਸੰਸਾਰ ਨੂੰ ਛੱਡ ਸਕਾਂ। ਇਹ ਨਾ ਹੋਵੇ ਕਿ ਮੈਂ ਮੌਤ ਮੰਗਾਂ ਤੇ ਮੈਨੂੰ ਮੌਤ ਨਾ ਆਵੇ। ਸਾਨੂੰ ਵੀ ਇਸ ਗੱਲ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਜਿਉਂਦੇ ਤਾਂ ਰਹੀਏ ਪਰ ਚੰਗਾ ਜਿਉਈਏ, ਚੰਗੀ ਜ਼ਿੰਦਗੀ ਜਿਉਈਏ, ਚੰਗਾ ਖਾਈਏ, ਚੰਗਾ ਪੀਏ ਤੇ ਚੰਗੀ ਜ਼ਿੰਦਗੀ ਦਾ ਆਨੰਦ ਮਾਣੀਏ। ਇਹੀ ਕਹਿੰਦੇ ਹੋਏ ਮੈਂ ਵੀ ਅਲਵਿਦਾ ਕਹਿੰਦਾ ਹਾਂ ਤੁਹਾਨੂੰ। ਫਿਰ ਇੱਕ ਨਵੀਂ ਗੱਲ ਦੇ ਨਾਲ, ਨਵੀਂ ਸੋਚ ਦੇ ਨਾਲ ਤੁਹਾਡੇ ਦਰਬਾਰ ਦੇ ਵਿੱਚ ਤੁਹਾਡੇ ਜ਼ਿੰਦਗੀ ਦੀਆਂ ਹਸਰਤਾਂ ਨੂੰ ਇੱਕ ਨਵਾਂ ਚਾਨਣ ਦੇਣ ਦੇ ਲਈ ਫਿਰ ਆਉਂਦਾ ਹਾਂ ਮੈਂ, ਫਿਰ ਆਉਂਦਾ ਹਾਂ ਮੈਂ, ਫਿਰ ਆਵਾਂਗਾ ਮੈਂ। ਲੋਕ ਦੁਆਵਾਂ ਕਰਦੇ ਹਨ ਕਿ ਮੇਰੇ ਕੋਲ ਇੰਨਾ ਪੈਸਾ